स्वागत है किसान भीरों तुहाडा अपने यूट्यूब चैनल ढिल्लो डेयरी फार्म बरनाला दे विच। जिहड़े किसान भीर अपने इस चैनल ते पहली बार आए आ, उन्होंने रिक्वेस्ट आ कि अपने यूट्यूब चैनल नूं जरूर सबसक्राइब कर लिओ ते नाल लग्गिया बैल आइकॉन दा बटन जरूर प्रेस कर दिओ तां जो अपनी हर नवीं आउण वाली वीडियो दा नोटिफिकेशन सब तों पहलां तुहानूं मिल सके। सो दोस्तों, किसी भीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर 8427198817। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਨਾਮ ਤੇ ਐਡਰੈਸ ਦੱਸ ਦਿਓ ਆਪਣਾ। ਨਾਮ ਮੇਰਾ ਗੁਰਪ੍ਰੀਤ ਸਿੰਘ, ਪਿੰਡ ਬਿਹਲਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਜੀ। ਮੋਬਾਈਲ ਨੰਬਰ ਵੀਰੇ 9873-1370। ਬਾਈ, ਪਿੱਛੇ ਵੀਡੀਓ ਕਵਰ ਕਰੇ ਸੇਲ ਹੋ ਗਏ? ਹਾਂਜੀ, ਸੇਲ ਹੋ ਗਏ ਬਾਈ ਜੀ, ਆਪਣਾ ਬਾਜਮ ਵੱਲ ਹੁੰਦਾ ਜੀ ਸਾਰੇ ਪਾਸੇ। ਸੋ ਦੋਸਤੋ, ਬਾਈਆਂ ਦੇ ਅੱਜ ਆਪਾਂ ਚੌਥੀ ਵਾਰ ਵੀਡੀਓ ਕਵਰ ਕਰਨ ਲੱਗੇ ਹਾਂਗੇ ਅਤੇ ਬਾਈਆਂ ਦੇ ਰੇਟ ਜਾਇਜ਼ ਹੁੰਦੇ ਹੈਗੇ। ਚਲੋ, 2-3 ਹਜ਼ਾਰ ਦਾ ਹਰ ਇੱਕ ਬੰਦੇ ਨੇ ਕਮਾਈ ਕਰਨੀ ਹੁੰਦੀ ਹੈਗੀ, ਥੋੜ੍ਹੇ ਮਾਰਜਨ ਆ ਬਾਈ। ਸਸਤੇ ਭਾਅ ਦੇ ਪਸੂ ਲਿਆਉਂਦੇ ਆ, ਪਸੂ ਰੂਟੀਨ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ। ਬਾਈਆਂ ਨੇ ਵਪਾਰ ਦਾ ਕੰਮ ਨਵਾਂ ਸ਼ੁਰੂ ਕੀਤਾ ਆਪਣੇ ਵੀਡੀਓ ਥਰੂ। ਹਾਂਜੀ ਬਾਈ, ਇੱਕ ਨੰਬਰ 'ਤੇ ਇਹਦੀ ਕੀ ਡਿਟੇਲ ਆ ਜੀ? 53,000 ਜਮਾਨਤਨ ਹੋਊਗਾ? ਹਾਂਜੀ, ਮਾਨਤਨ ਬਣਦਾ ਤਾਂ ਕਰਦਾ। ਸੋ ਦੋਸਤੋ, 53,000 ਰੁਪਏ ਡਿਮਾਂਡ ਆ ਬਾਈ ਨੇ, ਮਾਨਤਨ ਤੁਹਾਡਾ ਹੋਊਗਾ। ਕੈਨਵਸ ਤੋਂ ਸੁਣੀ ਵੀਰੇ? ਇਹਦਾ ਦੂਜਾ ਸੂਹੇ ਸੁਣਾ ਜੀ। ਸੋ ਦੋਸਤੋ, ਦੂਜੇ ਸੂਹੇ ਸੁਣੀ ਹੈਗੀ। ਕਿੰਨੇ ਦਿਨ ਸੂਣ 'ਚ ਬਾਕੀ ਹੈ ਇਹਦੇ? ਸੂਣ 'ਚ ਇਹਦੇ 10 ਦਿਨ ਬਾਕੀ ਹੈ ਵੀਰ ਜੀ। ਸੋ ਦੋਸਤੋ, 10 ਦਿਨ ਸੂਣ ਦੇ ਵਿੱਚ ਬਾਕੀ ਹੈ, ਮੋਟਾ ਮੋਟਾ ਥਣ ਲੱਗਿਆ ਬਿਲਕੁਲ। ਇਹ ਦੋਸਤੋ, ਕ੍ਰੋਸ ਬੈਡ ਹੈਗੀ ਇਹ, ਅਤੇ ਸੀਲ ਠੰਡੀ ਪੂਰੀ ਹੈ, ਕੋਈ ਸੜ ਵਗੈਰਾ ਵਾਲੀ ਗੱਲ ਨਹੀਂ ਇਹਦੇ ਵਿੱਚ। ਖੋਲ੍ਹ ਕੇ ਦਿਖਾ ਦਿਓ ਵੀਰੇ ਇਹਨੂੰ। ਆਹ ਦੋਸਤੋ, ਪੈਠ ਫੁੱਟਾ ਤੁਸੀਂ ਬੈਠਦਾ ਦੇਖ ਸਕਦੇ ਹੋ, ਮੋਟਾ ਮੋਟਾ ਥਣ ਲੱਗਿਆ, ਹਲੇ ਕੱਚੀ ਹੈਗੀ। ਕਿੰਨੇ ਦਿਨ ਦੱਸੇ ਬਾਈ ਸੂਣ 'ਚ? ਸੋ ਦੋਸਤੋ, 10 ਦਿਨ ਇਹਦੇ ਸੂਣ ਦੇ ਵਿੱਚ ਬਾਕੀ ਆ, ਪੂਰੀ ਸੋਹਣੀ ਸੁਨੱਖੀ, ਉੱਚੇ ਲੰਬੇ ਕੱਦ ਕਾਠ ਵਾਲੀ ਜਾਨ ਵਾਲੀ ਦੋਸਤੋ ਬੈਠ ਆ ਇਹ, ਮੋਟਾ ਮੋਟਾ ਥਣ ਲੱਗਿਆ, 10 ਕੁ ਦਿਨ ਸੂਣ ਦੇ ਵਿੱਚ ਬਾਕੀ ਹੈ ਇਹਦੇ। ਅਤੇ 53,000 ਰੁਪਏ ਬਾਈ ਜੀ ਨੇ ਡਿਮਾਂਡ ਕੀਤੀ ਹੈ ਇਹਦੀ। 53,000 ਦੇ ਵਿੱਚੋਂ ਬਣਦਾ ਮਾਣਦਾ ਤੁਹਾਡਾ ਹੋਊਗਾ। ਇਹ ਉਹ ਤੋਂ ਸਾਹੀਵਾਲ ਦਾ ਕ੍ਰੋਸ ਆ ਗਿਆ ਥੋੜ੍ਹਾ। ਅਤੇ ਹਾਂਜੀ ਬਾਈ, ਅੱਗੇ ਇਹਦੇ ਕੀ ਡਿਟੇਲ ਆ ਜੀ? ਅਤੇ ਇਹ ਕਹਿੰਦਾ ਬਸ ਸੁਣੀ ਜੀ, ਇਹ ਦੂਜਾ ਸੂਹੇ ਸੁਣਿਆ ਜੀ, 43,000 ਰੁਪਏ ਡਿਮਾਂਡ ਆ। ਇਹ ਦੋਸਤੋ ਆ ਗਈ ਸਾਹੀਵਾਲ, ਖੋਲ੍ਹ ਕੇ ਦਿਖਾ ਦਿਓ ਵੀਰੇ ਇਹਨੂੰ ਵੀ। ਇਹਦੇ ਕਿੰਨੇ ਦਿਨ ਸੂਣ 'ਚ ਬਾਕੀ? ਸੋ ਦੋਸਤੋ, 10-12 ਦਿਨ ਸੂਣ ਦੇ ਵਿੱਚ ਬਾਕੀ ਹੈਗੇ ਇਹ ਪਸ਼ੂ। ਇੱਕ ਦੋਸਤੋ ਹੋਰ ਜਾਣਕਾਰੀ ਦੇ ਦਿੰਦਾ ਮੈਂ, ਇਹ ਜਿਹੜੇ 10 ਤੋਂ 12 ਦਿਨ ਬਾਈ ਦੱਸਦਾ ਹੁੰਦਾ, ਇਹ ਅੱਗੇ ਤੋਂ ਪਸ਼ੂ ਜੋ ਆਇਆ ਹੁੰਦਾ ਉਸ ਹਿਸਾਬ ਨਾਲ ਬੰਦਾ ਦੱਸ ਦਿੰਦਾ ਹੁੰਦਾ ਹੈਗਾ। ਕਿਉਂਕਿ ਇਹ ਮੰਨ ਕੇ ਚੱਲਿਆ ਕਰੋ ਵੀ 5-7 ਦਿਨ ਪਸ਼ੂ ਉੱਪਰ ਨੀਚੇ ਵੀ ਲੈ ਜਾਂਦਾ ਹੈਗਾ, ਮੰਨ ਕੇ ਚੱਲੋ ਵੀ 15 ਕੁ ਦਿਨ ਦੀ ਬੈਡ ਕੱਚੀ ਹੈਗੀ। ਇਹ ਦੂਜਾ ਸੂਹਾ ਦੋਸਤੋ ਸੁਣੀ ਆ, ਆਹ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ, ਥਣਾਂ ਦੀ ਬੈਡ ਬਿਲਕੁਲ ਸਾਫ਼ ਆ, ਹਾਲੇ ਕੱਚੀ ਆ, ਲਾਉਣਾ ਸ਼ੁਰੂ ਹੋਈ ਹੈਗੀ, ਅਤੇ ਪੀਕ ਲੈਵਲ 'ਚ ਹੈਗੀ ਨੇ, ਬਹੁਤ ਭਰ ਜਾਣਾ ਅੱਗੇ। ਅਤੇ 43,000 ਰੁਪਏ ਦੋਸਤੋ ਇਸ ਦੀ ਡਿਮਾਂਡ ਆ ਗਈ। ਹਾਂਜੀ ਬਾਈ, ਜਿੱਥੋਂ ਖਰੀਦੀ ਕਿ ਨਾ ਦੁੱਧ ਦੱਸਿਆ ਬਾਈਆਂ ਨੇ ਪਹਿਲੇ ਸੂਹੇ। ਸੋ ਦੋਸਤੋ, ਪਹਿਲੇ ਸੂਹੇ 14 ਕਿਲੋ ਦੁੱਧ ਦਿੱਤਾ, ਐਤਕੀ ਕੀ ਉਮੀਦ ਕਰਦੇ ਕਿੰਨਾ ਕਰ ਜੂਗੀ? 16-17 ਲੀਟਰ ਦੁੱਧ ਦੇ ਜੂਗੀ। ਇਹ ਸਾਹੀਵਾਲ ਆ ਗਈ ਅਤੇ ਇਹ ਸਾਹੀਵਾਲ ਦਾ ਕ੍ਰੋਸ ਆ ਗਿਆ। ਹਾਂਜੀ ਬਾਈ, ਇਹਦੀ ਕੀ ਕਪੈਸਿਟੀ ਦੱਸਿਆ ਬਾਈਆਂ ਨੇ ਜਦੋਂ ਖਰੀਦੇ? 17 ਲੀਟਰ ਪਹਿਲੇ ਸੂਹੇ ਦੱਸਿਆ। ਅਤੇ ਐਤਕੀ ਕਰ ਜੂ 20 ਕਿ? ਹਾਂਜੀ 20 ਕਿ। ਸੋ ਦੋਸਤੋ, 20 ਕਿਲੋ ਦੁੱਧ ਨੇ ਕਰ ਜਾਣਾ। ਆਹ ਥਣ ਵਗੈਰਾ ਤੁਸੀਂ ਦੇਖ ਸਕਦੇ ਹੋ, ਬਿਲਕੁਲ ਪੂਰਾ ਮੋਟਾ ਮੋਟਾ ਥਣ ਪਾ ਵਾਲਾ ਦੋਸਤੋ ਥਣ ਲੱਗਿਆ ਇਸਦੇ, ਥਣਾਂ ਦੀ ਮੱਛੀ ਇਹ ਵੀ ਸਾਫ਼ ਆ। ਸੋ ਦੋਸਤੋ, ਅੱਜ ਦੀ ਵੀਡੀਓ ਵਿੱਚ ਆਪਾਂ 2 ਗਾਵਾਂ ਕੱਪੜਾਂ 10-12 ਦਿਨ ਸੂਣ ਦੇ ਵਿੱਚ ਬਾਕੀ ਕਵਰ ਕਰ ਚੁੱਕੇ ਹਾਂ। ਇੱਕ ਦੀ ਡਿਮਾਂਡ 53,000 ਅਤੇ ਦੂਜੀ 43,000 ਰੁਪਇਆ, ਪਿੰਡ ਬਿਹਲਾ, ਜ਼ਿਲ੍ਹਾ ਬਰਨਾਲਾ। ਹਾਂਜੀ ਵੀਰੇ, ਮੋਬਾਈਲ ਨੰਬਰ ਇੱਕ ਵਾਰ ਫਿਰ ਬੋਲ ਦਿਓ। 9763-21-370। ਸੋ ਦੋਸਤੋ, ਕਿਸੇ ਵੀਰ ਦੇ ਗਾਵਾਂ ਪਸੰਦ ਹੋਣ ਤਾਂ ਦਿੱਤੇ ਨੰਬਰਾਂ 'ਤੇ ਕੰਟੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ। ਸੋ ਦੋਸਤੋ, ਬਣੇ ਰਹੋ ਆਪਣੇ ਯੂਟਿਊਬ ਚੈਨਲ ਢਿੱਲੋ ਡੇਅਰੀ ਫਾਰਮ ਬਰਨਾਲਾ ਦੇ ਨਾਲ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ।